ਫਿਰੋਜ਼ਪੁਰ ਦੇ ਇਤਿਹਾਸਿਕ ਗੁਰਦੁਆਰਾ ਜਾਮਨੀ ਸਾਹਿਬ ਵਿੱਚ ਲੰਗਰ ਦੀ ਸੇਵਾ ਦੌਰਾਨ ਸਿਲੰਡਰ ਨੂੰ ਅੱਗ ਲੱਗਣ ਕਾਰਨ ਉਸਦੀ ਚਪੇਟ ਵਿੱਚ 5 ਸਕੂਲੀ ਬੱਚੇ ਆ ਗਏ ਨੇ ਜੋ ਕਿ ਬੁਰੀ ਤਰ੍ਹਾਂ ਝੁਲਸ ਗਏ ਨੇ, ਜਿਨ੍ਹਾਂ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਹੈ। ਬੱਚੇ ਇੰਨੀ ਬੁਰੀ ਤਰ੍ਹਾਂ ਝੁਲਸੇ ਨੇ ਕਿ 70% ਸੜੇ ਹੋਏ ਨੇ। ਇਹਨਾਂ ਬੱਚਿਆਂ ਵਿੱਚੋਂ 2 ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ। ਹਾਦਸਾ ਜੀ, ਲੰਗਰ ਵਾਲਾ ਜਾਮਨੀ ਸਾਹਿਬ ਉੱਥੇ ਸੇਵਾ ਕਰਦੇ ਸੀ, ਉੱਥੇ ਜੀ ਹੁਣ ਪਤਾ ਨਹੀਂ ਸਿਲੰਡਰ ਫਟਿਆ ਕਿ ਕਿੱਦਾਂ ਅੱਗ ਲੱਗੀ ਆ, ਹਜੇ ਫਿਲਹਾਲ ਪਤਾ ਲੱਗੂਗਾ ਜੀ। ਮੈਂ ਤਾਂ ਜੀ ਬਾਹਰੋਂ ਦਫ਼ਤਰ ਦੇ ਵਿੱਚੋਂ ਮੁੰਡਿਆਂ ਨੂੰ ਪਾ ਕੇ ਲਿਆ। ਹਾਂਜੀ, ਸਕੂਲ ਦੇ ਬੱਚੇ ਸੀਗੇ, ਉੱਥੇ ਸੇਵਾ ਕਰਨ ਆਏ ਸੀ ਗੁਰਦੁਆਰਾ ਸਾਹਿਬ। ਨਹੀਂ ਸਕੂਲ, ਹਾਂਜੀ ਸਕੂਲ ਤੋਂ ਬਾਅਦ, ਹਾਂਜੀ ਸੇਵਾ ਕਰਨ ਆਏ ਸੀਗੇ। ਪਤਾ ਨਹੀਂ ਜੀ, ਹਜੇ ਇਸ ਚੀਜ਼ ਦਾ ਨਹੀਂ ਪਤਾ ਸਿਲੰਡਰ ਫਟਿਆ ਕਿ ਲੰਗਰ ਵਾਲ 'ਚ ਕਿਸ ਤਰੀਕੇ ਨਾਲ ਅੱਗ ਲੱਗੀ ਹੈ। ਇਹ 5 ਜਣੇ ਜ਼ਖਮੀ ਹੈ ਜੀ। ਹਾਂਜੀ, ਅਤੇ ਡਰੈਸਿੰਗ ਹੋ ਗਈ, 5 ਕੇਸ ਆਏ ਜੀ, ਅਤੇ ਉਹਦੇ 'ਚੋਂ 3 ਪੇਸ਼ੈਂਟ ਸਟੇਬਲ, 2 ਸਾਨੂੰ ਥੋੜ੍ਹੇ ਸੀਰੀਅਸ ਲੱਗ ਰਹੇ ਆ। ਸਰਜਨ ਆ ਰਹੇ, ਇੱਕ ਵਾਰੀ ਉਹ ਅਸੈਸ ਕਰਕੇ, ਕਿਉਂਕਿ ਸਰਜਨ ਨੇ ਦੇਖਣਾ ਹੁੰਦਾ, ਫਿਰ ਫਰਦਰ ਅਸੀਂ ਸੋਚਦੇ ਕਿ ਇੱਥੋਂ ਇੱਕ ਅੱਧਾ ਸ਼ਾਇਦ ਰੈਫਰ ਕਰਨਾ ਪਏਗਾ। ਇਹ ਗੁਰਦੁਆਰਾ ਸਾਹਿਬ 'ਚ ਸੇਵਾ ਕਰ ਰਹੇ ਸੀ, ਉੱਥੇ 6 ਸਿਲੰਡਰ ਫਟਿਆ ਜੋ ਸੁਣਿਆ ਹੋਇਆ। ਇਹ ਆਪਣਾ ਪਿਆਣੇ ਵਾਲੇ ਬਸਤੀ ਦੇਣੇ, ਇਹ ਗੁਰਦੁਆਰਾ ਸਾਹਿਬ ਗੁਰਦੁਆਰੇ ਸੇਵਾ ਕਰਨ ਗਏ ਸੀ, ਅਤੇ ਉਹ ਕਹਿੰਦੇ ਅੰਦਰ ਸੇਵਾ ਕਰਨੀ। ਜਦੋਂ ਅੰਦਰੇ ਪਹੁੰਚੇ ਤੇ ਬਾਬੇ ਨੂੰ ਪੁੱਛਿਆ ਉੱਥੋਂ ਕਿਤੋਂ ਕਿ ਸਿਲੰਡਰ ਤਾਂ ਨਹੀਂ ਅੰਦਰ ਚੱਲ ਰਿਹਾ, ਕਹਿੰਦੇ ਨਹੀਂ। ਇਹ ਅੰਦਰ ਪਹੁੰਚੇ ਯੱਕਦਮ ਆ ਕੇ ਸਿਲੰਡਰ ਨੇ ਹਮਲਾ ਕੀਤਾ ਅੱਗ ਨੇ, ਉਹ ਫ੍ਰੀ ਹੋ ਗਿਆ, ਅਤੇ ਇਸ ਕਰਨੇ 5 ਸੀ, 5 ਅੱਗ ਦੀ ਲਪੇਟ 'ਚ ਆ ਗਿਆ। ਹਾਂ, ਸੇਵਾ ਕਰ ਰਿਹਾ ਸੀ, ਸਕੂਲ ਦੇ ਬੱਚੇ ਜੀ, ਸਕੂਲ ਗ੍ਰਾਮੀਣ ਸਕੂਲ ਦੇ ਬੱਚੇ, ਉਹ ਸਰਕਾਰੀ ਪ੍ਰਾਈ ਆਉਣੀ ਸਕੂਲ ਹੈ, ਉੱਥੇ ਹੀ ਇਹ ਪਿਆਰੇ ਆਉਣੇ ਆਪਣੇ 5 ਬੱਚੇ ਜੀ। ਹਾਂਜੀ।